ਮੋਦੀ ਸਰਕਾਰ ਦੀਆਂ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਖਿਲਾਫ ਕਾਂਗਰਸ ਨੇ ਅੱਜ ਟਰੈਕਟਰ ਮਾਰਚ ਕੱਢਿਆ। ਕਾਂਗਰਸ ਦੇ ਟਰੈਕਟਰ ਮਾਰਚ ਕਾਰਨ ਹਜ਼ਾਰਾਂ ਵਹੀਕਲਾਂ ਅਤੇ ਮਰੀਜ਼ਾਂ ਸਮੇਤ ਐਂਬੂਲੈਂਸ ਤਕਰੀਬਨ ਡੇਢ ਘੰਟੇ ਦੇ ਜਾਮ ਵਿੱਚ ਫਸੀ ਰਹੀਆਂ। ਚੰਡੀਗੜ੍ਹ ਰਾਜਪੁਰਾ 'ਤੇ ਸਵੇਰੇ ਤੋਂ ਹੀ ਵੱਡਾ ਜਾਮ ਦੇਖਣ ਨੂੰ ਮਿਲਿਆ। ਕੌਮੀ ਮਾਰਗ ਦੀ ਇੱਕ ਪਾਸੇ ਸਿਰਫ ਕਾਂਗਰਸ ਦੇ ਟਰੈਕਟਰ ਮਾਰਚ ਨੂੰ ਜਗ੍ਹਾ ਦਿੱਤੀ ਗਈ ਅਤੇ ਸੜਕਾਂ ਦੇ ਦੂਜੇ ਪਾਸੇ ਸਾਰੇ ਵਾਹਨਾਂ ਨੂੰ ਚਲਾਇਆ ਗਿਆ। ਪਰ ਵਾਹਨਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ 3 ਤੋਂ 4 ਕਿਲੋਮੀਟਰ ਲੰਬਾ ਜਾਮ ਲੱਗ ਗਿਆ। ਇਸ 'ਤੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਥੋੜ੍ਹੀ ਬਹੁਤੀ ਸਮੱਸਿਆ ਹੋ ਸਕਦੀ ਹੈ, ਪਰ ਅਸੀਂ ਲੋਕਾਂ ਲਈ ਹੀ ਸਭ ਕੁਝ ਕਰ ਰਹੇ ਹਾਂ। ਆਲ ਇੰਡੀਆ ਯੂਥ ਕਾਂਗਰਸ ਪ੍ਰਧਾਨ ਕੇਸ਼ਵ ਚੰਦ ਯਾਦਵ ਨੇ ਕਿਹਾ ਕਿ ਜੋ ਲੋਕਾਂ ਨੂੰ ਸਮੱਸਿਆ ਆਈ ਹੈ ਤਾਂ ਅਸੀਂ ਖੇਦ ਪ੍ਰਗਟ ਕਰਦੇ ਹਾਂ। ਟਰੈਕਟਰ ਮਾਰਚ ਦੌਰਾਨ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਅਮਰਪ੍ਰੀਤ ਸਿੰਘ ਲਾਲੀ ਜ਼ਿਆਦਾ ਧੁੱਪ ਕਾਰਨ ਗਸ਼ ਖਾ ਕੇ ਡਿੱਗ ਪਏ। ਪਾਰਟੀ ਵਰਕਰਾਂ ਨੇ ਉਹਨਾਂ ਨੂੰ ਸੰਭਾਲਿਆ ਅਤੇ ਗਰਮੀ ਤੋਂ ਬਚਾਉਣ ਦੇ ਲਈ ਉਪਾਅ ਕੀਤੇ। ਜਾਮ ਵਿੱਚ ਫਸੇ ਲੋਕਾਂ ਨੇ ਕਿਹਾ ਕਿ ਬਹੁਤ ਜ਼ਿਆਦਾ ਪਰੇਸ਼ਾਨੀ ਹੋਈ ਹੈ। ਲੋਕਾਂ ਨੇ ਕਿਹਾ ਕਿ ਸਿਆਸੀ ਪਾਰਟੀਆਂ ਨੂੰ ਆਮ ਜਨਤਾ ਵੱਲ ਦੇਖ ਕੇ ਧਰਨਾ ਪ੍ਰਦਰਸ਼ਨ ਕਰਨਾ ਚਾਹੀਦਾ ਹੈ। ਜਾਮ ਵਿੱਚ ਕਈ ਸਰਕਾਰੀ ਬੱਸਾਂ ਵੀ ਫਸੀਆਂ ਰਹੀਆਂ ਅਤੇ ਚੰਡੀਗੜ੍ਹ ਜਾਣ ਵਾਲੀਆਂ ਸਵਾਰੀਆਂ ਨੂੰ ਬੇਹੱਦ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪੁਲਿਸ ਅਧਿਕਾਰੀ ਵੀ ਆਪਣੇ ਟ੍ਰੈਫਿਕ ਮੈਨੇਜਮੈਂਟ ਬਾਰੇ ਗੋਲਮੋਲ ਗੱਲਾਂ ਕਰਦੇ ਰਹੇ।